ਸਤ ਸ਼੍ਰੀ ਅਕਾਲ ਪੰਜਾਬੀ ਨੈਸ਼ਨਲ ਟੀਵੀ ਤੇ ਖਬਰਾਂ ਦੇ ਬੁਲੇਟਿਨਲ ਮੈਂ ਹਾਂ ਪਰਮਿੰਦਰ ਕੌਰ ਤੁਹਾਡੇ ਨਾਲ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ ਤੇ ਪਾਉਂਦੇ ਹਾਂ ਚਾਤ ਅਦਾਲਤ ਨੇ ਕਰੋਨਾ ਤੇ ਕਾਬੂ ਪਾਉਣ ਲਈ ਦਿੱਤੀ ਸਲਾਹ ਪੰਜਾਬ ਸਰਕਾਰ ਨੇ ਸੂਬੇ 'ਚ ਮਿਨੀ ਲਾਕਡਾਊਨ ਦਾ ਕੀਤਾ ਐਲਾਨ ਪੰਜਾਬ ਦੇ ਆਗੂਆਂ ਨੇ ਮੰਮਤਾ ਨੂੰ ਦਿੱਤੀ ਵਧਾਈ ਚੋਣ ਨਿਤੀ ਕਾੜੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਕੰਮ ਛੱਡਣ ਦਾ ਐਲਾਨ ਤੇ ਚੋਣ ਕਮਿਸ਼ਨ ਨੇ ਜਿੱਤ ਮਨਾਉਣ ਪਾਲਿਆਂ ਤੇ ਕਾਰਵਾਈ ਲਈ ਆਖਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਕਰੋਨਾ ਦੀ ਦੂਜੀ ਲਹਿਰ ਨੂੰ ਰੋਕਣ ਲਈ ਸੁਪਰੀਮ ਕੋਰਟ ਨੇ ਕੇਂਦਰ ਨੂੰ ਟੀਕਾ ਨੀਤੀ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਕੇਂਦਰ ਇਸ ਸਮੇਂ ਟੀਕੇ ਦਾ 50% ਖੁਦ ਖਰੀਦਦਾ ਹੈ ਤੇ ਬਾਕੀ 50% ਟੀਕਾ ਨਿਰਮਾਣ ਕੰਪਨੀ ਸਿੱਧੇ ਸੂਬਿਆਂ ਅਤੇ ਨਿੱਜੀ ਅਦਾਰਿਆਂ ਨੂੰ ਵੇਚ ਸਕਦੀ ਹੈ ਜੱਜਾਂ ਦੀ ਬੈਂਚ ਨੇ ਆਖੇ ਕਿ ਉਸ ਸੰਵਿਧਾਨ ਵਿੱਚ ਮੁਹੱਈਆ ਕਰਵਾਏ ਗਏ ਸਿਹਤ ਦੇ ਹੱਕ ਸਣੇ ਜਨਤਕ ਜੀਵਨ ਦੇ ਹੱਕਾਂ ਨੂੰ ਸਪਸ਼ਟ ਤੌਰ ਤੇ ਨੁਕਸਾਨ ਪਹੁੰਚਾ ਰਹੇ ਨੇ ਅਦਾਲਤ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਕਰੋਨਾ ਲਾਗ ਨੂੰ ਰੋਕਣ ਲਈ ਲਾਕਡਾਊਨ ਲਗਾਉਣ ਤੇ ਵਿਚਾਰ ਕਰਨ ਲਈ ਕੇ ਦਸਨਾ ਬਣਦੇ ਕੀ ਦੇਸ਼ ਵਿੱਚ ਕਰੋਨਾ ਲਾਗ ਵਾਲਿਆਂ ਦੀ ਗਿਣਤੀ 1 ਕਰੋੜ 99 ਲੱਖ 19715 ਹੋ ਗਈ ਹੈ ਇਹ ਆંકੜਾ ਜਿਵੇਂ 2 ਕਰੋੜ ਤੋਂ ਪਾਰ ਹੋਵੇਗਾ ਭਾਰਤ ਹੁਣ ਦੁਨੀਆ ਦਾ ਸਭ ਤੋਂ ਜ਼ਿਆਦਾ ਲਾਗ ਨਾਲ ਪ੍ਰਭਾਵਿਤ ਦੇਸ਼ ਬਣ ਜਾਪੇਗਾ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਸਭ ਤੋਂ ਵੱਧ 3.38 ਕਰੋੜ ਲੋਕ ਇਸ ਲਾਗ ਨਾਲ ਪ੍ਰਭਾਵਿਤ ਪਾਏ ਗਏ ਨੇ कोरोना महामारी ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ 'ਚ ਮਿਨੀ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਸੂਬੇ 'ਚ 15 ਮਈ ਤੱਕ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਕੀਤੇ ਗਏ ਨੇ। ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸਖਤਰ ਅਨੁਰਾਗ ਅਗਰਵਾਲ ਨੇ ਸਬੰਧੀ ਆਦੇਸ਼ ਜਾਰੀ ਕਰਦਿਆਂ ਦੱਸਿਆ ਕਿ ਇਸ ਦੌਰਾਨ ਬੈਂਕਾਂ ਤੇ ਸਰਕਾਰੀ ਦਫ਼ਤਰ 90 ਫੀਸਦੀ ਸਮਰੱਥਾ ਨਾਲ ਖੁੱਲਣਗੇ। ਉਧਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਰਫ ਸੰਕੇਤਕ ਰੂਪ 'ਚ ਧਰਨਾ ਜਾਰੀ ਰੱਖ ਸਕਦੇ ਨੇ ਅਤੇ ਭਾਰੀ ਇਕੱਠ ਨਾ ਕਰਨ। ਪੰਜਾਬ ਸਰਕਾਰ ਨੇ ਮਿਨੀ ਲਾਕਡਾਊਨ ਦਾ ਫੈਸਲਾ ਉਤਸਵਲੇ ਲਈ ਜਦੋਂ ਇੱਕ ਦਿਨ ਪਹਿਲਾਂ ਹੀ ਸਿਹਤ ਵਿਭਾਗ ਨੇ ਆਖਿਆ ਸੀ ਕਿ ਆਉਣ ਵਾਲੇ 15 ਦਿਨ ਸਿਹਤ ਲਈ ਕਾਫੀ ਮਹੱਤਵਪੂਰਨ ਨੇ ਜ਼ਿਕਰਯੋਗ ਹੈ ਕਿ ਮਾਹਿਰਾਂ ਦਾ ਮੰਨਣਾ ਹੈ ਕਿ 5 ਮਈ ਤੋਂ ਲੈ ਕੇ ਅਗਲਾ ਇੱਕ ਹਫਤਾ कोरोना ਆਪਣੇ ਸਿਖਰ ਤੇ ਹੋਪੇਗਾ ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਉਦਯੋਗਾਂ ਨੂੰ ਬੰਦ ਕਰਨ ਦਾ ਫੈਸਲਾ ਨਹੀਂ ਕੀਤਾ ਰੇੜੀ ਵਾਲਿਆਂ ਰੇੜੇ ਵਾਲਿਆਂ ਆਦ ਦਾ ਆਰਟੀਪੀਸੀਆਰ ਟੈਸਟ ਲਾਜ਼ਮੀ ਕੀਤਾ ਜਾਪੇਗਾ ਇਸ ਤੋਂ ਇਲਾਵਾ ਵਿਆਹ ਸੰਸਕਾਰ ਅਤੇ ਅੰਤਿਮ ਅਰਦਾਸ ਸਮਾਗਮ ਆਦ ਤੂੰ ਹੋਰ ਪ੍ਰੋਗਰਾਮਾਂ 'ਚ 10 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਣਗੇ ਸਿਹਤ ਸੰਭਾਲ ਨਾਲ ਜੁੜੇ ਸਾਰੇ ਕੰਮਕਾਜ ਆਮ ਦਿਨਾਂ ਵਾਂਗ ਚਲਦੇ ਰੱਖਣ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਹਵਾਈ ਯਾਤਰਾ ਰੇਲ ਜਾਂ ਸੜਕ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਰਟੀਪੀਸੀਆਰ ਦੀ ਰਿਪੋਰਟ ਦਿਖਾਉਣੀ ਪਵੇਗੀ ਜੋ ਕਿ 72 ਘੰਟੇ ਤੋਂ ਵੱਧ ਪੁਰਾਣੀ ਨਾ ਹੋਵੇ ਉਧਰ ਹਰਿਆਣਾ ਸਰਕਾਰ ਨੇ ਤੇਜ਼ੀ ਨਾਲ ਫੈਲ ਰਹੀ ਕਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸੂਬੇ 'ਚ ਇੱਕ ਹਫ਼ਤੇ ਲਈ ਤਾਲਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਲ ਵਿਜ ਨੇ ਇਹ ਜਾਣਕਾਰੀ ਟਵੀਟ ਕਰਕੇ ਸਾਂਝੀ ਕਰਦਿਆਂ ਦੱਸਿਆ ਕਿ 3 ਮਈ ਯਾਨੀ ਅੱਜ ਤੋਂ ਪੂਰੇ ਸੂਬੇ 'ਚ 7 ਦਿਨ ਲਈ ਤਾਲਾਬੰਦੀ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਇਸ ਤੋਂ ਪਹਿਲਾਂ 9 ਜ਼ਿਲ੍ਹਿਆਂ ਜਿਨ੍ਹਾਂ 'ਚ ਗੁਰੂਗ੍ਰਾਮ, ਫਰੀਦাবাদ, ਪੰਚਕੁੱਲਾ, ਸੋਨੀਪਤ, ਰੋहतक, ਕਰਨਾਲ, ਹਿਸਾਰ, ਸਰਸਾ ਤੇ ਫਤਿਹਬਾਦ ਸ਼ਾਮਲ ਨੇ। ਬੀਤੇ ਸ਼ੁੱਕਰਵਾਰ ਰਾਤ 10 ਵਜੇ ਤੋਂ ਸੂ ਮਾਰਸਵੀਰੀ 5 ਵਜੇ ਤੱਕ ਹਫਤਾਵਾਰੀ ਤਾਲਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਹਰਿਆਣਾ ਚ ਕੋਵਿਡ-19 ਦੇ ਮਾਮਲਿਆਂ ਚ ਲਗਾਤਾਰ ਹੋ ਰੇ ਵਾਧੇ ਨੇ ਸਿਹਤ ਦੇ ਬੁਨਿਆਦੀ ਢਾਂਚੇ ਤੇ ਵੀ ਭਾਰੀ ਦਬਾਅ ਪਾ ਦਿੱਤਾ ਤੇ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਅਧਿਕਾਰੀ ਤੇ ਡਾਕਟਰ ਆਕਸੀਜਨ ਸਪਲਾਈ ਤੇ ਬੈੱਡਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਕਿ ਵਿਰੋਧੀ ਧਿਰਾਂ ਵੱਲੋਂ ਵੀ ਸਰਕਾਰ ਨੂੰ ਸਖਤ ਕਦਮ ਚੁੱਕਣ ਲਈ ਦਬਾਅ ਪਾਇਆ ਜਾ ਰਿਹਾ ਸੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਅਚਨਚੇਤ ਸਿਰਸਾ ਦੌਰੇ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਚੇਤੇ ਰਹੇ ਕਿ ਮਨੋਹਰ ਲਾਲ ਖੱਟਰ ਸਿਰਸਾ ਚ ਸਥਿਤ ਸਿਵਲ ਹਸਪਤਾਲ ਚ ਕਰੋਨਾ ਦੀ ਸਥਿਤੀ ਅਤੇ ਇਸ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗਏ ਸਨ। ਜਿਵੇਂ ਮੁੱਖ ਮੰਤਰੀ ਦੇ ਸਿਰਸਾ ਦੌਰੇ ਦੀ ਕਿਸਾਨਾਂ ਨੂੰ ਪਿੰਕਪਈ ਤਾਂ ਕਿਸਾਨ ਤਾਲਾਬੰਦੀ ਦੇ ਬਾਵਜੂਦ ਸਿਵਲ ਹਸਪਤਾਲ ਦੇ ਬਾਹਰ ਪਹੁੰਚ ਗਏ ਤੇ ਮંત્રી ਨੂੰ ਕਾਲੇ ਚੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੁਲਿਸ ਵੱਲੋਂ ਥਾਂ-ਥਾਂ ਤੇ ਨਾਕੇ ਲਗਾਏ ਗਏ ਸਨ ਪਰ ਇਸ ਦੇ باوجود ਵੀ ਕੁਝ ਕਿਸਾਨ ਹਸਪਤਾਲ ਦੇ ਬਾਹਰ ਕਾਲੇ ਚੰਡੇ ਲੈ ਕੇ ਪਹੁੰਚ ਗਏ ਹਾਲਾਂਕਿ ਮੁੱਖ ਮੰਤਰੀ ਦੇ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਇਸੇ ਦੌਰਾਨ ਹਰਿਆਣਾ ਪੁਲਿਸ ਵੱਲੋਂ 파ਰਤੀ ਕਿਸਾਨ ਜਥੇਬੰਦੀ ਦੇ ਆਗੂ ਰਕੇਸ਼ ਟਕੇਤ ਤੇ 12 ਹੋਰਾਂ ਨੂੰ ਤਾਰਾ 144 ਦੇ ਉਲੰਘਣਾ ਦੇ ਦੋਸ਼ ਚ ਨਾਮਜ਼ਦ ਕੀਤਾ ਗਿਆ ਟਕੇਤ ਤੇ ਸਾਥੀਆਂ ਤੇ ਦੋਸ਼ ਹੈ ਕਿ ਉਹਨਾਂ ਨੇ ਮਨਾਹੀ ਦੇ باوجود ਅੰਬਾਲਾ ਕੈਂਟ ਦੇ ਨੇੜੇ ਪਿੰਡ ਤੁਰਾਲੀ ਦੇ ਕਿਸਾਨ ਮਜ਼ਦੂਰ ਮਹਾਪੰਚਾਇਤ ਨੂੰ ਸੰਬੋਧਨ ਕੀਤਾ ਹੈ ਪੁਲਿਸ ਵੱਲੋਂ ਜਿੰਨਾ 12 ਹੋਰ ਆਗੂਆਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਚ ਰਤਨਮਾਨ ਸਿੰਘ ਬਲਦੇਵ ਸਿੰਘ ਤੇਜਸਮੀਰ ਸੈਣੀ ਵੀ ਸ਼ਾਮਿਲ ਨੇ ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਮਾਮਲਿਆਂ ਚ ਭਾਰੀ ਵਾਧੇ ਨੂੰ ਦੇਖਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 4 ਜਾਂ ਵੱਧ ਵਿਅਕਤੀਆਂ ਦੇ ਇਕੱਠ ਤੇ ਪਾਬੰਦੀ ਲਗਾਈ ਗਈ ਸੀ ਦਿੱਲੀ ਦੇ ਸਿੰਘੂ ਬਾਰਡਰ ਤੇ ਸੰਘਰਸ਼ ਕਰੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚ ਬੰਗਾਲ ਚੋਨਾ ਚ ਭਾਜਪਾ ਦੀ ਕਰਾਰੀ ਹਾਰ ਲਈ ਮੋਰਚੇ ਖੇਤਾਂ ਤੇ ਘਰਾਂ ਚ ਬੈਠੇ ਕਿਸਾਨ ਪਾਈਚਾਰੀ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿ ਕਿ ਜੇਕਰ ਹੁਣ ਵੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਡਾ ਅਗਲਾ ਨਿਸ਼ਾਨਾ ਦੇਸ਼ ਦਾ ਸਭ ਤੋਂ ਵੱਡਾ ਸੂਬਾ ਯੂਪੀ ਅਤੇ ਉੱਤਰਾਖੰਡ ਹੋਵੇਗਾ ਜਿੱਥੇ ਭਾਜਪਾ ਨੂੰ ਹਰਾਇਆ ਜਾਵੇਗਾ ਜਿਸ ਤੋਂ ਬਾਅਦ ਭਾਜਪਾ ਦੇ ਦੇਸ਼ ਪਰ ਵਿੱਚੋਂ ਪੈਰ ਉਖੜ ਜਾਣਗੇ ਕਿਸਾਨ ਨੇਤਾ ਜਗਜੀਤ ਸਿੰਘ ਢੱਲਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਹੌਮੇ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਉਹਨਾਂ ਆਖਿਆ ਕਿ ਕਿਸਾਨਾਂ ਨਾਲ ਦੁਸ਼ਮਣੀ ਮੋਦੀ ਸਰਕਾਰ ਲਈ ਹੋਰ ਵੀ ਭਾਰੀ ਪਵੇਗੀ ਇਸ ਮੌਕੇ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਮਠਾਈਆਂ ਵੰਡੀਆਂ ਤੇ ਪੰਗੜੇ ਪਾ ਕੇ ਖੁਸ਼ੀ ਮਨਾਈ ਇਸ ਮੌਕੇ ਕਿਸਾਨ ਆਗੂਆ ਬਲਬੰਦ ਸਿੰਘ ਬ੍ਰਮਕੇ ਸਤਨਾਮ ਸਿੰਘ ਬਹਿਰੂ ਅਤੇ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਹਰਿਆਣਾ ਸਰਕਾਰ ਵੱਲੋਂ ਲਾਏ ਇੱਕ ਹਫਤੇ ਦੇ ਲਾਕਡਾਊਨ ਦਾ ਕਿਸਾਨ ਅੰਦੋਲਨ ਉੱਤੇ ਕੋਈ ਅਸਰ ਨਹੀਂ ਉਹਨਾਂ ਆਖਿਆ ਕਿ ਕਿਸਾਨ ਨੇ ਕਰੋਨਾ ਤੋਂ بچਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਨੇ ਤੇ ਮੋਰਚੇ ਕੋਲ 40 ਡਾਕਟਰਾਂ ਦੀ ਟੀਮ ਹੈ ਜੋ ਹਰ ਤਰ੍ਹਾਂ ਕਿਸਾਨਾਂ ਦੀ ਦੇਖਭਾਲ ਕਰ ਰਹੀ ਹੈ ਉਹਨਾਂ ਆਖੇ ਕਿ ਅਸਲ ਵਿੱਚ ਮੌਕਾ ਨਰਿੰਦਰ ਮੋਦੀ ਅਤੇ ਉਹਨਾਂ ਦੇ ਸਾਥੀਆਂ ਲਈ ਸਮਝਣਦਾ ਹੈ ਅਤੇ ਕਿਸਾਨਾਂ ਦਾ ਵਿਰੋਧ त्यागे ਹਮੇ ਤੋਂ ਬਾਹਰ ਆ ਕੇ ਕਿਸਾਨ ਮੰਗ ਮੰਨ ਕੇ ਡੈਡਲੌਕ ਤੋੜ ਕੇ ਕਿਸਾਨਾਂ ਨੂੰ ਇਨਸਾਫ ਦੇਣਦਾ ਹੈ ਕੀ ਕਿਉ ਆਗੂ ਲਖੋਵਾਲ ਦੇ ਜਰਨਲ ਗੱਤਰ ਹਰਿੰਦਰ ਸਿੰਘ ਲਖੋਵਾਲ ਨੇ ਇੱਕ ਵੱਖਰੇ ਬਿਆਨ ਚ ਆਖਿਆ ਕਿ ਸੱਤਾ ਦੇ ਨਸ਼ੇ 'ਚ ਚੂਰ ਭਾਜਪਾ ਹੋਸ਼ ਵਿੱਚ ਆਵੇ ਨਹੀਂ ਤਾਂ ਨੇੜੇ ਭਵਿਕ ਚ ਹੋਣ ਵਾਲੀਆਂ ਦੂਜੀ ਸੂਬਿਆਂ ਚ ਆਉਣ ਵਾਲੀਆਂ ਚੋਣਾਂ ਵਿੱਚ ਵੀ ਭਾਜਪਾ ਨੂੰ ਇਸੇ ਤਰ੍ਹਾਂ ਹੀ ਹਾਰ ਦਾ ਮੂੰਹ ਵੇਖਣਾ ਪਵੇਗਾ ਉਹਨਾਂ ਆਖਿਆ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਹਰ ਜਗ੍ਹਾ ਤੇ ਹਰ ਸੂਬੇ ਚ ਭਾਜਪਾ ਦਾ ਵਿਰੋਧ ਕਰਨਗੇ ਪੁਲਿਸ ਸਥਾਨਾ ਤਾਰੀਬਾਲ ਵੱਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾ ਦੇ ਪੁੱਤਰ ਸਮੇਤ 5 ਜਣਿਆਂ ਨੂੰ ਹੈਰੋਇਨ ਪਿੰਦਿਆ ਰੰਗੇ ਹੱਥੀ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ ਸੀਆਈਏ ਸਟਾਫ ਗੁਰਦਾਸਪੁਰ ਸਮੇਤ ਉਨ੍ਹਾਂ ਵੱਲੋਂ ਪੈੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਡਾ ਤਾਰੀਬਾਲ ਗਸ਼ਤ ਕੀਤੀ ਜਾ ਰਹੀ ਸੀ ਕਿ ਅਗਾਉਂ ਮਿਲੀ ਇਤਲਾਹਤ ਪੁਲਿਸ ਕਰਮਚਾਰੀਆਂ ਵੱਲੋਂ ਦੱਸੀ ਗਈ ਥਾਂ ਤੇ ਛਾਪਾ ਮਾਰਿਆ ਗਿਆ ਜਿਸ ਤੇ ਕੁਝ ਨੌਜਵਾਨ ਅੰਦਰ ਬੈਠੇ ਹੈਰੋਇਨ ਦਾ ਸੇਵਨ ਕਰ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੌਰਾਨ ਚਾਬਕਾ ਮੰਤਰੀ ਸੁਰਜਾ ਸਿੰਘ ਲੰਗਾ ਨੇ ਆਖਿਆ ਕਿ ਮੇਰੇ ਪੁੱਤਰ ਨੂੰ ਇਸ ਮਾਮਲੇ ਇਹ ਝੂਠਾ ਫਸਾਇਆ ਜਾ ਰਿਹਾ ਹੈ ਮੈਂ ਸਮਝਦਾ ਕਿ ਅੱਜ ਜੋ ਸਿਰੇ ਇਹ ਡਰਾਮਾ ਪੰਜਾਬ ਪੁਲਿਸ ਨੇ ਕੀਤਾ ਹੋਇਆ ਹੈ ਇਹ ਰਾਜਨੀਤਿਕ ਤੌਰ ਤੇ ਇਹ ਬੜੀ ਸਾਜ਼ਿਸ਼ ਕੀਤੀ ਹੈ ਮੇਰਾ ਬੇਟਾ ਸਿਰੇ ਦਰਜੀ ਦੇ ਘਰੋਂ ਕੱਪੜੇ ਲੈਣ ਗਿਆ ਵਾ ਕਿਉਂਕਿ ਮੇਰੇ ਭਰਾ ਨੇ ਖੰਡਪਾੜ ਰਖਾਇਆ ਹੋਇਆ ਹੈਗਾ ਤੇ ਉਹ ਤਾਂ ਭੁਗ ਪੈਣ ਸੀ ਮੇਰੀਆਂ ਮੁਸੀਬਤਾਂ ਮੁਸ਼ਕਲਾਂ ਨੂੰ ਵਧਾਉਣ ਲਈ ਇੱਕ ਡਰਾਮਾ ਕੀਤਾ ਗਿਆ ਵਾ ਔਰ ਕਾਂਗਰਸ ਕੋ ਕਦੇ ਵੀ ਇਨਸਾਫ ਨਹੀਂ ਹੋ ਸਕਦਾ ਬਖਲਾਈ ਹੋਈ ਏ ਮੈਂ ਪਹਿਲਾਂ ਦਰਬਾਰ ਸਭ ਜਿਹੜਾ ਵਾ ਨਤਮਸਤਕ ਹੁੰਨ ਲਈ ਜਾਣਾ ਵਾ ਰੋਜ਼ ਉੱਥੇ ਜਾ ਕੇ ਪਾਠ ਕਰਨਾ ਵਾ ਇਹ ਉਸ ਵਿੱਚ ਮਸੀਤਾਂ ਦਾ ਵਾਅਦਾ ਕਰ ਲਈ ਉਹਨਾਂ ਨੇ ਕੀਤਾ ਵਾ ਮੈਂ ਸਮਝਣਾ ਕਿ ਇਹ ਪਰਚਾ ਜਿਹੜਾ 200% ਝੂਠਾ ਵਾ ਮੈਂ ਧੰਨਵਾਦ ਕਰਨਾ ਐਸਐਸਪੀ ਗਰਦਾਸਪੁਰ ਦਾ ਕਿ ਉਹਨੇ ਸਟੈਂਡ ਲੈ ਕੇ ਤੇ ਇਦੇ ਉੱਤੇ ਕੋਈ ਪੈਨ ਨਹੀਂ ਦਿੱਤਾ ਪਰ ਪਰਚੇ ਵਿੱਚ ਸ਼ਾਮਲ ਕਰ ਲਿਆ ਪੰਜਾਬ 50% ਸਾਡੀ ਉਹਨਾਂ ਮਦਦ ਕੀਤੀ ਹੈ ਮੈਂ ਡੀਜੀਪੀ ਤੇ ਐਸਐਸਪੀ ਗਰਦਾਸਪੁਰ ਜੋਕ ਬਹੁਤ ਚੰਗਾ ਨੇਕ ਆਦਮੀ ਹੈ ਅਪੀਲ ਕਰਦਾ ਕਿ ਤੁਰੰਤ ਕਾਰਵਾਈ ਕਰਕੇ ਇਨਕੁਆਇਰੀ ਕਰਕੇ ਤੇ ਪਰਚਾ ਕੈਂਸਲ ਕੀਤਾ ਜਾਵੇ ਤੇ ਇਹ ਜਿਹੜਾ ਵਾ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਨੇ ਇਸ ਸਮਾਜ ਦੇ ਮੱਥੇ ਤੇ ਕਲੰਕ ਨੇ ਕੱਲ ਨੂੰ ਸਾਡੀ ਸਰਕਾਰ ਆਏ ਜਿਹਨੂੰ ਮਰਜ਼ੀ ਫੜ ਕੇ ਇਹਦਾ ਮਤਲਬ ਅੰਦਰ ਦਿੱਤਾ ਜਾਇਆ ਕਰੂਗਾ ਅੱਜ ਸਾਨੂੰ ਇਹਨਾਂ ਨੇ ਇਗਨੋਰ ਕੀਤਾ ਵਾ ਕੱਲ ਨੂੰ ਜੇ ਕੋਈ ਸਾਡੇ ਵਰਗਾ ਕੋਈ ਉਦਾਂ ਦਾ ਬੰਦਾ ਆ ਗਿਆ ਤੇ ਉਹ ਵੀ ਇਹਨਾਂ ਨੇ ਇਸ ਤਰ੍ਹਾਂ ਕਰ ਸਕਦਾ ਵਾ ਕਿ ਜੰਗਲ ਦਾ ਰਾਜ ਨਹੀਂ ਹੋਣਾ ਚਾਹੀਦਾ ਬਦਲਾ ਲਊ ਭਾਵਨਾਵਾਂ માં ਜਿਹੜੀਆਂ ਨਹੀਂ ਰਹਿਣੀਆਂ ਚਾਹੀਦੀਆਂ ਤੇ ਮੈਂ ਸਮਝਦਾ ਕਿ ਇਹੋ ਜਿਹੇ ਜਿਹੜੇ ਕੰਮ ਕਾਰਵਾਈਆਂ ਨੇ ਇਹਨਾਂ ਉਤਰਾント ਨੱਥ ਪੈਣ ਚਾਹੀਦੀਆਂ ਸੀਨੀਅਰ ਪੁਲਿਸ ਅਫਸਰਾਂ ਦੇ ਵਿਹਾਰ ਤੋਂ ਤੰਗ ਆ ਕੇ ਥਾਣਾ ਬਦਨੀ ਗਲਾਂਦੀਨ ਪੈਂਦੀ ਪੁਲਿਸ ਚੌਕੀ ਲੋਪੋਚ ਤਾਇਨਾਤ ਏਐਸਏ ਨੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਆਖਰੀ ਮੈਸੇਜ ਕੀਤਾ ਜਿਸ ਵਿੱਚ ਉਸਨੇ ਲਿਖਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਬਹੁਤ ਪਰੇਸ਼ਾਨ ਆ ਸੁਸਾਈਡ ਕਰ ਰਿਹਾ ਇਸ ਤੋਂ ਬਾਅਦ ਏਐਸਏ ਨੇ ਆਪਣਾ ਮੋਬਾਈਲ ਸਵਿਚ ਆਫ ਕਰ ਦਿੱਤਾ ਜਦ ਤੱਕ ਪੁੱਤਰ ਚੌਕੀ ਪਹੁੰਚਿਆ ਉਦੋਂ ਤੱਕ ਪਿਤਾ ਨੇ ਖੁਦ ਨੂੰ ਗੋਲੀ ਮਾਰ ਲਈ ਸੀ ਗੰਬੀਰ ਹਾਲਤ ਵਿੱਚ ਚੌਕੀ ਇੰਚਾਰਜ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸਤਨਾਮ ਸਿੰਘ ਪਤਨੀ ਨੇ ਦੋਸ਼ ਲਾਇਆ ਕਿ ਬਦਨੀ ਕਲਾਂ ਦਾ ਐਸਐਚਓ 50000 ਰੁਪਏ ਮਹੀਨਾ ਰਿਸ਼ਵਤ ਮੰਗਦਾ ਸੀ ਤੇ ਪਰੇਸ਼ਾਨ ਹੋ ਕੇ ਉਸਦੇ ਪਤੀ ਨੇ ਆਤਮ ਹੱਤਿਆ ਕਰ ਲਈਏ ਦੱਸ ਦਈਏ ਕਿ ਏਐਸਆਈ ਸਤਨਾਮ ਸਿੰਘ ਨੇ ਸੁਸਾਈਡ ਨੋਟ ਵਿੱਚ ਥਾਣਾ ਬਦਨੀ ਕਲਾਂ ਦੇ ਐਸਐਚਓ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਬਾਰੇ ਲਿਖਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਦਰਮਿਆਨ ਡੀਐਸਪੀ ਦਰਸ਼ਨ ਸਿੰਘ ਨੇ ਕੁਝ ਵੀ ਕੇਂਡ ਤੋਂ ਇਨਕਾਰ ਕਰ ਦਿੱਤਾ ਹੈ ਪਛਮੀ ਬੰਗਾਲ ਚ ਪਹਿਲੀ ਵਾਰ ਇਹ ਕੀ ਚੋਣ ਕਮਿਸ਼ਨ ਪੂਰੀ ਤਰ੍ਹਾਂ ਪੱਖਪਾਤੀ ਰਿਹਾ ਹੈ। ਮਮਤਾ ਦੀ ਪਾਰਟੀ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਚੋਣ ਕਮਿਸ਼ਨਰ ਪੱਖ ਨਹੀਂ ਹੋਇਆ। ਇਹ ਗੱਲ ਗਿਣਤੀ ਵਾਲੇ ਦਿਨ ਵੀ ਸਾਹਮਣੇ ਆ ਗਈ ਕਿਉਂਕਿ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਨੰਦੀਗ੍ਰਾਮ ਚ ਚੋਣ ਕਮਿਸ਼ਨ ਦਾ ਨਾਟਕ ਨਾਲ ਸਾਰਿਆਂ ਦੇ ਸਾਹਮਣੇ ਸਾਚਾ ਆ ਗਿਆ। ਜਿੱਥੇ ਸਾਰੇ ਸੂਬੇ ਚ ਤ੍ਰਣਮੂਲ ਕਾਂਗਰਸ ਨੇ ਹੁੰਜਾ ਫਿਰਜਤ ਹਾਸਲ ਕੀਤੀ, ਉੱਥੇ ਮਮਤਾ ਖੁਦ ਨੰਦੀਗ੍ਰਾਮ ਤੋਂ ਹਾਰ ਗਈ ਜਿਸ ਚ ਚੋਣ ਕਮਿਸ਼ਨ ਨੇ ਕੇਂਦਰ ਦੇ ਇਸ਼ਾਰੇ ਤੇ ਐਮ ਭੂਮਿਕਾ ਨਿਭਾਈ ਦੱਸੀ ਜਾਂਦੀ ਹੈ। ਸਾਰਿਆਂ ਦੀਆਂ ਨਜ਼ਰਾਂ ਜਿੱਥੇ ਨੰਦੀਗ੍ਰਾਮ ਤੇ ਲੱਗੀਆਂ ਸਨ ਤੇ ਸਭ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਜੇਤੂ ਐਲਾਨ ਦਿੱਤਾ ਸੀ ਪਰ ਫਿਰ ਇੱਕਦਮ ਭਾਜਪਾ ਨੇ ਬਾਅਦ ਵਿੱਚ ਦਾਵਾ ਕੀਤਾ ਕਿ ਸੁਬਿੰਦੂ ਅਧਿਕਾਰੀ ਜਿੱਤ ਗਏ ਨੇ ਚੋਣ ਕਮਿਸ਼ਨ ਨੇ ਵੀ ਆਖ ਦਿੱਤਾ ਕਿ ਅਧਿਕਾਰੀ ਜਿੱਤ ਗਏ ਨੇ ਪਰ ਥੋੜੀ ਦੇਰ ਬਾਅਦ ਇੱਕ ਵਾਰ ਫੇਰ ਮਮਤਾ ਨੂੰ ਜੇਤੂ ਦੱਸਿਆ ਗਿਆ ਤੇ ਅਚਾਨਕ ਫਿਰ ਚੋਣ ਕਮਿਸ਼ਨ ਨੇ ਆਖਿਆ ਕਿ ਨਹੀਂ ਅਜੇ ਗਿਣਤੀ ਰਹਿੰਦੀ ਹੈ ਤੇ ਫਿਰ ਦੇਰ ਰਾਤ ਅਖੀਰ ਮਮਤਾ ਨੂੰ ਹਾਰਿਆ ਦੱਸਦਿਆਂ ਸੁਬਿੰਦੂ ਨੂੰ ਜੇਤੂ ਐਲਾਨ ਦਿੱਤਾ ਗਿਆ ਖੈਰ ਮਮਤਾ ਨੇ ਹਾਰ ਨੂੰ ਸਵੀਕਾਰ ਕਰਦੇ ਹਨ ਨੰਦੀਗ੍ਰਾਮ ਦੇ ਲੋਕਾਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਮਮਤਾ ਨੇ ਇਸ ਜਿੱਤ ਹਾਰ ਦੀ ਖੇਡ ਨੂੰ ਚੁਣੌਤੀ ਦੇਣ ਲਈ ਹਾਈ ਕੋਰਟ ਜਾਣ ਦਾ ਵੀ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਚ ਤ੍ਰਣਮੂਲ ਕਾਂਗਰਸ ਦੀ ਜਿਤਲੇ ਮੰਮਤਾ ਦੀਦੀ ਨੂੰ ਵਧਾਈ ਦਿੱਤੀ ਹੈ ਕੋਵਿਡ-19 ਦੇ ਖਿਲਾਫ ਜਿੱਤ ਹਾਸਲ ਕਰਨ ਅਤੇ ਲੋਕਾਂ ਦੀਆਂ ਉਮੀਦਾਂ ਦੀ ਪੂਰਤੀ ਲਈ ਪੱਛਮੀ ਬੰਗਾਲ ਸਰਕਾਰ ਨੂੰ ਕੇਂਦਰ ਵੱਲੋਂ ਹਰ ਸੰਭਵ ਸਹਿਯੋਗ ਜਾਰੀ ਰੱਖਣ ਦੀ ਗਲਬੀਆ ਕੀਤੀ ਗਈ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਅਖਿਆ ਕਿ ਸਾਡੀ ਪਾਰਟੀ ਨੂੰ ਆਸ਼ੀਰਵਾਦ ਦੇਣ ਲਈ ਬੰਗਾਲ ਦੇ ਪੈਣ ਪ੍ਰਾਵਾਂ ਨੂੰ ਧੰਨਵਾਦ ਕਰਦਾ ਹਾਂ ਤੇ ਪਹਿਲਾਂ ਸਾਡੀ ਮੌਜੂਦਗੀ ਨਾ ਮਾਤਰ ਸੀ ਤੇ ਉੱਥੋਂ ਅੱਜ ਸਾਡੀ ਮੌਜੂਦਗੀ ਵਿਸ਼ੇਸ਼ ਰੂਪ ਨਾਲ ਵਧੀ ਹੈ ਇਸ ਦੇ ਨਾਲ ਹੀ ਉਹਨਾਂ ਕੇਰਲ, ਤਾਮਿਲਨਾਡੂ ਤੇ ਹੋਰ ਸੂਬਿਆਂ 'ਚ ਜਿੱਤ ਹਾਸਲ ਕਰਨ ਵਾਲਿਆਂ ਨੂੰ ਵੀ ਵਧਾਈ ਦਿੱਤੀ। ਬੰਗਾਲ ਚੋਣਾਂ 'ਚ ਮਮਤਾ ਖੁਦ ਪਾਵੇਂ ਹਾਰ ਗਏ ਨੇ ਪਰਤਣਮੂਲ ਕਾਂਗਰਸ ਨੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਮਮਤਾ ਬਨਰਜੀ ਹੁਰਾ ਅਖੇ ਕਿ ਇਹ ਬੰਗਾਲ ਦੇ ਲੋਕਾਂ ਵੱਲੋਂ ਲੋਕਤੰਤਰ ਦੀ ਜਿੱਤ ਹੈ। ਬੰਗਾਲ ਨੇ ਭਾਰਤ ਨੂੰ ਬਚਾ ਲਿਆ। ਇਸ ਦੇ ਨਾਲ ਹੀ ਮਮਤਾ ਹੁਰਾ ਅਖੇ ਕਿ ਕਰੋਨਾ ਨਾਲ ਲੜਨਾ ਹੁਣ ਉਹਨਾਂ ਦੀ ਤਰਜੀਹ ਹੈ। ਮਹਾਮਾਰੀ ਤੋਂ ਪਾਰ ਪਾਉਣ ਤੋਂ ਬਾਅਦ ਕੋਲਕਾਤਾ 'ਚ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਵੱਡੀ ਰੈਲੀ ਕੀਤੀ ਜਾਪੇਗੀ। ਬੰਗਾਲ ਵਿੱਚ ਮਮਤਾ ਬੇਨਰਜੀ ਦੀ ਜਿੱਤ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਹੋਰਨਾ ਆਗੂਆਂ ਨੇ ਵੀ ਮਮਤਾ ਬੇਨਰਜੀ ਨੂੰ ਵਧਾਈ ਭੇਜੀ ਹੈ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਸ਼ਾਨਦਾਰ ਜਿੱਤ ਦੀਵਾਂਚ ਮੁੱਖ ਭੂਮਿਕਾ ਨਿਭਾਉਣ ਵਾਲੇ ਚੋਣ ਨੀਤੀ ਕਾੜੇ ਪ੍ਰਸ਼ਾਂਤ ਕਿਸ਼ੋਰ ਨੇ ਆਪਣਾ ਕੰਮ ਛੱਡਣ ਦਾ ਐਲਾਨ ਕੀਤਾ ਹੈ। ਉਹਨਾਂ ਚੋਣ ਕਮਿਸ਼ਨ ਤੇ ਭਾਜਪਾ ਦੀ ਕਟਪੁੱਤਲੀ ਹੋਣ ਦਾ ਦੋਸ਼ ਲਗਾਇਆ। ਤ੍ਰਿਣਮੂਲ ਦੀ ਪੱਛਮੀ ਬੰਗਾਲ ਚ ਜਿੱਤ ਤੋਂ ਬਾਅਦ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਮੈਂ ਇਹ ਕੰਮ ਛੱਡ ਰਿਹਾ ਹਾਂ। ਉਹਨਾਂ ਆਖਿਆ ਕਿ ਮੈਂ ਇਸ ਤੋਂ ਵੱਧ ਪੱਖਪਾਤੀ ਚੋਣ ਕਮਿਸ਼ਨ ਕਦੇ ਨਹੀਂ ਵੇਖਿਆ। ਇਸ ਨੇ ਭਾਜਪਾ ਨੂੰ ਧਰਮ ਵਰਤਨ ਦੇਣ ਤੋਂ ਲੈ ਕੇ VOTING ਪ੍ਰੋਗਰਾਮ ਤੇ ਨੀਮਾ ਜੋ ਟਿੱਲਰ ਦੇਨ ਤੱਕ ਉਹਨਾਂ ਦੀ ਮਦਦ ਲਈ ਸਭ ਕੁਝ ਕੀਤਾ ਉਹਨਾਂ ਚੋਣ ਕਮਿਸ਼ਨ ਨੂੰ ਭਗਵਾ ਪਾਰਟੀ ਦੀ ਕਟਪੁਤਲੀ ਦੱਸਿਆ ਇੱਕ ਹੋਰ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਰੁਖ ਤੇ ਕਾਇਮ ਰਹਿੰਦਿਆਂ ਦੁਬਾਰਾ ਆਖਿਆ ਕਿ ਪੱਛਮੀ ਬੰਗਾਲ ਚ ਭਾਜਪਾ ਇੱਕ ਜ਼ਬਰਦਸਤ ਤਾਕਤ ਸੀ ਉਹਨਾਂ ਕਹੇ ਕਿ ਭਾਜਪਾ ਵੱਲੋਂ ਇੱਕ ਵਿਸ਼ਾਲ ਪ੍ਰੋਪਗੈਂਡਾ ਬਣਾਉਣ ਦੀ ਕੋਸ਼ਿਸ਼ ਕਿ ਉਹ ਜਿੱਤ ਰਹੇ ਨੇ ਦੇ ਬਾਵਜੂਦ ਵੀ ਮੈਨੂੰ ਤ੍ਰਣਮੂਲ ਕਾਂਗਰਸ ਦੀ ਜਿੱਤ ਦਾ ਭਰੋਸਾ ਸੀ ਦੱਸ ਸੰਯੋਗ ਹੈ ਕਿ ਬੀਤੇ ਸਾਲ ਦਸੰਬਰ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ ਸੀ ਕਿ ਪੱਛਮੀ ਭੰਗਾਲ ਚ ਭਾਜਪਾ 100 ਤੋਂ ਉਪਾਰ ਨਹੀਂ ਜਾ ਸਕੇਗੀ ਦਸਨਾ ਬਣਦਾ ਕਿ ਕਿਸ਼ੋਰ ਨੇ ਇਹ ਵੀ ਆਖਿਆ ਸੀ ਕਿ ਜੇਕਰ ਭਾਜਪਾ ਇਸ ਦੀ ਚੰਗੀ ਕਾਰਗੁਜ਼ਾਰੀ ਦਿਖਾਵੇਗੀ ਤਾਂ ਆਪਣਾ ਕੰਮ ਛੱਡ ਦੇਣਗੇ ਭਾਵੇਂ ਕਿ ਉਹਨਾਂ ਵੱਲੋਂ ਭਵਿੱਖਬਾਣੀ ਸੱਚ ਸਾਬਤ ਹੋ ਗਈ ਹੈ باوجود ਇਸ ਦੇ ਉਹਨਾਂ ਸਿਆਸੀ ਰਣਨੀਤੀਕਾਰਾਂ ਦੇ ਵਿੱਚੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਲਈ ਪਰੇਸ਼ਾਨੀ ਦਾ ਸਬਬਬ ਬਣ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਸੂਬੇ 'ਚ ਆਉਣ ਵਾਲੀਆਂ ਚੋਣਾਂ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਰਣਨੀਤੀਕਾਰ ਵਜੋਂ ਕੈਬਨਿਟ ਰੈਂਕ ਦਾ ਦਰਜਾ ਦੇ ਕੇ ਦਫਤਰ ਅਤੇ ਸਟਾਫ ਵੀ ਦਿੱਤਾ ਹੋਇਆ ਹੈ ਪੰਜ ਸੂਬਿਆਂ ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਵੱਲੋਂ ਮਨਾਏ ਜਾ ਰਹੇ ਜੇਤੂ ਜਸ਼ਨਾਂ ਦਾ ਚੋਣ ਕਮਿਸ਼ਨ ਨੇ ਸਖਤ ਨੋਟਿਸ ਲਿਆ ਚੋਣ ਕਮਿਸ਼ਨ ਨੇ ਨੋਟਿਸ ਲੈਂਦਿਆਂ ਪੰਜ ਰਾਜਾਂ ਦੇ ਮੁਖ ਕਤਰਾਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਚੋਣ ਨਤੀਜਿਆਂ ਤੋਂ ਬਾਅਦ ਜਸ਼ਨ ਮਨਾਉਂਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਚੱਲਣ ਤੋਂ ਬਾਅਦ ਚੋਣ ਕਮਿਸ਼ਨ ਨੇ ਆਖਿਆ ਕਿ ਅਜੇ ਮਾਮਲਿਆਂ 'ਚ ਤੁਰੰਤ ਐਫ ਆਈ ਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਤੇ ਸਬੰਧਤ ਥਾਣੇ ਦੇ ਮੁਖੀ ਨੂੰ ਤੁਰੰਤ ਪ੍ਰਭਾਵ ਨਾਲ ਮੋਤਲ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੋ ਵੀ ਕਾਰਵਾਈ ਕੀਤੀ ਜਾਵੇ ਉਸ ਬਾਰੇ ਚੋਣ ਕਮਿਸ਼ਨ ਨੂੰ ਜਾਣਕਾਰੀ ਭੇਜੀ ਜਾਣੀ ਚਾਹੀਦੀ ਹੈ ਦੱਸਣਾ ਬਣਦਾ ਹੈ ਕਿ ਚੋਣ ਕਮਿਸ਼ਨ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੇ ਜਸ਼ਨਾ ਜੇਤੂ ਜਲੂਸਾਂ ਤੇ ਰੈਲੀਆਂ ਤੇ ਪਾਬੰਦੀ ਲਗਾਈ ਸੀ ਇਹ ਸਭ ਦੇ ਬਾਵਜੂਦ ਪੱਛਮੀ ਬੰਗਾਲ ਤੇ ਤਾਮਿਲਨਾਡੂ ਚ ਜੇਤੂ ਪਾਰਟੀਆਂ ਦੇ ਸਮਰਥਕ ਸੜਕਾਂ ਤੇ ਜਸ਼ਨ ਮਨਾ ਰਹੇ ਸਨ ਤੇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਚਾਹੁੰਦੇ ਆ ਧੰਨਵਾਦ